ਉਹ ਮਿਊਜ਼ਿਕ ਦੇ ਵਿੱਚ ਐਸੇ ਰਿਕਾਰਡ ਬਣਾਏ ਹੋਏ ਨੇ, ਉਹ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਕਮਲੀਏ, ਉਹ ਵੀ ਸਟਾਰ ਬਣਾਏ ਹੋਏ ਨੇ ਸਾਰੇ ਆਪਣੀਆਂ। ਚੱਲ ਲੀਕ ਕਰਨ ਵਾਲੇ ਵੀ ਸਾਲਾ, ਉਹ ਵੀ ਜਿਨ੍ਹਾਂ ਨੇ ਸੁਣਨੇ ਉਹੀ ਲੀਕ ਕਰਦਾ ਹਨਾ। ਉਹ ਸਾਲੇ ਲਾਉਂਦੇ ਆ ਬਲੇਮ ਕੰਮ ਰੋਕਤਾ, ਜਿਹੜੇ ਖੁਦ ਨੂੰ ਪਹਾਉਂਦੇ ਉਸ ਤਾਦ ਨੇ ਨਹੀਂ ਸਾਡੇ ਇਸੇ ਚੇਲੇ ਗੋਲੀਏ। ਜਿਹੜੇ ਬੰਦੇ ਨੇ ਆ ਗਾਣਾ ਲਿਖਿਆ ਸਿੱਧੂ ਮੂਸੇ ਵਾਲੇ ਲਈ, ਤਾਲੀ ਮਾਰ ਦੋ ਇੱਕ ਵਾਰੀ ਬਾਈ ਦਾ। ਬਹੁਤ ਬਹੁਤ ਧੰਨਵਾਦ ਬਾਈ ਨੇ ਮੈਨੂੰ ਗਾਣਾ ਦਿੱਤਾ ਹੈ। ਦੋਸਤੋ, ਪੰਜਾਬੀ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਦੀਪ ਜਾਂਡੂ ਨੇ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕੀਤਾ ਹੈ। ਜੀ ਹਾਂ, ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦੀਪ ਜਾਂਡੂ ਆਪਣੇ ਗਾਣੇ ਰਾਹੀਂ ਸਿੱਧੂ ਮੂਸੇਵਾਲੇ ਨੂੰ ਠੋਕਵਾਂ ਜਵਾਬ ਦੇ ਰਿਹਾ ਹੈ। ਦੀਪ ਜਾਂਡੂ ਪਹਿਲਾਂ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਇਕੱਠਿਆਂ ਨਾਲ ਕੰਮ ਕਰਦਾ ਸੀ, ਪਰ ਹੁਣ ਕਰਨ ਔਜਲਾ ਨਾਲ ਜ਼ਿਆਦਾ ਨਜ਼ਰ ਆਉਂਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲਾ ਨੇ ਕਰਨ ਔਜਲਾ ਨੂੰ ਲਾਈਵ ਸ਼ੋਅ ਵਿੱਚ ਠੋਕਵਾਂ ਜਵਾਬ ਦਿੱਤਾ ਸੀ, ਤੇ ਉਸਦੇ ਚੱਲਦਿਆਂ ਹੀ ਦੀਪ ਜਾਂਡੂ ਨੇ ਚੁੱਪੀ ਤੋੜਦਿਆਂ ਹੋਇਆ ਸਿੱਧੂ ਮੂਸੇਵਾਲੇ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਹ ਮਿਊਜ਼ਿਕ ਦੇ ਵਿੱਚ ਐਸੇ ਰਿਕਾਰਡ ਬਣਾਏ ਹੋਏ ਨੇ, ਉਹ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਕਮਲੀਏ, ਉਹ ਵੀ ਸਟਾਰ ਬਣਾਏ ਹੋਏ ਨੇ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਪਹਿਲਾ ਗਾਣਾ ਜੀ ਵੈਗਨ ਦਾ ਮਿਊਜ਼ਿਕ ਵੀ ਦੀਪ ਜਾਂਡੂ ਨੇ ਹੀ ਦਿੱਤਾ ਸੀ, ਤੇ ਦੀਪ ਜਾਂਡੂ ਦਾ ਮਸ਼ਹੂਰ ਸੌਂਗ ਘੜੀ ਹੋਣੀ ਤੇਰੀ ਟਾਈਮ ਮੇਰਾ ਹੋਊਗਾ ਗਾਣਾ ਵੀ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਸੀ। ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ ਨੇ ਮੈਨੂੰ ਗਾਣਾ ਦਿੱਤਾ ਹੈ। ਇੱਕ ਦਿਨ ਦੇਖੀਏ ਸਹੌਣਾ ਸੋਣੀਏ ਘੜੀ ਹੋਣੀ ਤੇਰੀ ਟਾਈਮ ਮੇਰਾ ਹੋਊਗਾ। ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ 11 ਗਾਣੇ ਲੀਕ ਹੋ ਚੁੱਕੇ ਸਨ, ਤੇ ਜਿਸ ਦਾ ਸ਼ੱਕ ਦੀਪ ਜਾਂਡੂ ਤੇ ਕਰਨ ਔਜਲਾ ਉੱਤੇ ਕੀਤਾ ਜਾਂਦਾ ਸੀ, ਜਿਸ ਕਾਰਨ ਇਹਨਾਂ ਦੀ ਯਾਰੀਆਂ ਵਿੱਚ ਫਿੱਕ ਪੈ ਗਏ ਸਨ ਤੇ ਬਹੁਤ ਵੱਡਾ ਵਿਵਾਦ ਸ਼ੁਰੂ ਹੋ ਗਿਆ ਸੀ। ਸਿੱਧੂ ਮੂਸੇਵਾਲੇ ਨੂੰ ਹੁਣ ਜਿੱਥੇ ਪੰਜਾਬੀ ਇੰਡਸਟਰੀ ਦਾ ਉਸਤਾਦ ਮੰਨਿਆ ਜਾਂਦਾ ਹੈ, ਤੇ ਇਸੇ ਹੀ ਗੱਲ ਉੱਤੇ ਭੜਕਦਿਆਂ ਦੀਪ ਜਾਂਡੂ ਨੇ ਸਿੱਧੂ ਮੂਸੇਵਾਲੇ ਨੂੰ ਠੋਕਵਾਂ ਜਵਾਬ ਦਿੱਤਾ ਹੈ। ਦੋਸਤੋ, ਦੀਪ ਜਾਂਡੂ ਵੱਲੋਂ ਕੀਤੇ ਇਸ ਰਿਪਲਾਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ, ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।